ਸੇਂਟ ਜਾਰਜੀਅਸ ਸਕੂਲ ਜਿਹੜਾ ਰੈਕੋਗਨਾਈਜ਼ਡ ਹੈ ਔਰ ਕ੍ਰਿਸਚਨ ਮਿਨੋਰਟੀ ਇੰਸਟੀਟਿਊਸ਼ਨ ਹੈ, 1981 ਦਾ ਸਟੈਬਲਿਸ਼ਡ ਹੈ, ਇਹ ਸੈਕਟਰ 11 ਦੁਆਰਕਾ। ਉਸਨੇ ਇੱਕ ਇਗਜ਼ਾਮ ਲਿਆ, ਇਗਜ਼ਾਮ ਦੇ ਵਿੱਚ ਕੁਸ਼ਚਨ ਆਇਆ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ, ਔਰ ਜਿਹਦੇ ਵਿੱਚ ਉਹਦਾ ਆਂਸਰ ਸੀਗਾ, ਇਹਨਾਂ ਨੇ ਗੁਰੂ ਦਸਮ ਪਿਤਾ ਨੂੰ ਮਿਲੀਟੈਂਟ ਦੱਸਿਆ। ਹੁਣ ਮਿਲੀਟੈਂਟ ਦੀ ਪਰਿਭਾਸ਼ਾ ਹੈ ਕਿ ਜਿਹਦਾ ਕੋਈ ਧਰਮ ਨਹੀਂ, ਜਿਹੜਾ ਕਿਸੇ ਦੇ ਬੱਚਿਆਂ 'ਤੇ ਵੀ ਕਤਲ ਕਰ ਸਕਦਾ, ਜਿਹੜਾ ਇਨਸਾਨੀਅਤ ਦਾ ਫੈਬਰਿਕ ਨੂੰ ਤਾਰ ਤਾਰ ਕਰ ਸਕਦਾ। ਪਰ ਦਸਮ ਗੁਰੂ ਦੀ ਗੱਲ ਛੱਡਦੀ ਅਸੀਂ, ਉਹਨਾਂ ਨੇ ਤਾਂ ਬੱਚੇ ਵੀ ਮਾਰ ਦਿੱਤੇ, ਉਹਨਾਂ ਨੇ ਸਰਬੰਸ ਮਾਰ ਦਿੱਤਾ, ਲੇਕਿਨ ਇੱਕ ਸਿੱਖ ਜਿਹੜਾ ਉਹ ਵੀ ਕਦੀ ਕਿਸੇ ਨਾਲ ਐਵੇਂ ਨਹੀਂ ਕਰ ਸਕਦਾ ਜੋ ਇਹਨਾਂ ਨੇ ਦਿਖਾਇਆ। ਔਰ ਸੋਸ਼ਲ ਮੀਡੀਆ 'ਤੇ ਬਾਹਰੋਂ ਇੱਥੋਂ ਕਾਫੀ ਸਾਡੇ ਉੱਤੇ ਸਵਾਲ ਆ ਰਹੇ ਸਨ ਕਿ ਇਸ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ। ਮੈਂ ਵਧਾਈ ਦਿੰਦਾ ਵਾਂ ਯੂਥ ਦੇ ਪ੍ਰਧਾਨ ਨੂੰ ਕਿ ਆਪਣੀ ਟੀਮ ਲੈ ਕੇ ਸਵੇਰੇ ਉੱਥੋਂ ਗਏ ਔਰ ਉੱਥੇ ਸਰ ਬਲਬੀਰ ਸਿੰਘ ਔਰ ਉੱਥੋਂ ਦੇ ਲੋਕਲ ਜਿਹੜੀ ਸਿੰਘ ਸਭਾ 11 ਸੈਕਟਰ ਦੀ, ਉਹਦੇ ਲੋਕ ਵੀ ਨਾਲ ਸਨ, ਔਰ ਇਹ ਸਵੇਰੇ ਪ੍ਰਿੰਸੀਪਲ ਕੋਲ ਗਏ ਔਰ ਪ੍ਰਿੰਸੀਪਲ ਨੂੰ ਇਹਨਾਂ ਨੇ ਆਪਣਾ ਇਹ ਪ੍ਰੋਟੈਸਟ ਦਰਜ ਕਰਾਇਆ ਔਰ ਇਹ ਦੱਸਿਆ ਕਿ ਤੇਰੇ ਉੱਤੇ ਲੀਗਲ ਕਾਰਵਾਈ ਅਸੀਂ ਕਰਨ ਵਾਲੇ ਹਾਂ। ਪ੍ਰਿੰਸੀਪਲ ਨੇ ਇਹ ਪੁਨਪ੍ਰੀਤ ਸਿੰਘ ਨੂੰ, ਜਿਹੜੇ ਪ੍ਰੈਜੀਡੈਂਟ ਨੇ ਜਾਗੋ ਦੇ, ਇਹਨਾਂ ਨੂੰ ਮਾਫ਼ੀਨਾਮੇ ਦੀ ਚਿੱਠੀ ਦਿੱਤੀ ਔਰ ਐਕਸਪਲੇਨ ਕੀਤਾ ਕਿ ਅਸੀਂ ਜੋ ਕੁਛ ਕੀਤਾ ਉਹ ਇੱਕ ਕਿਤਾਬ ਹੈਗੀ, ਉਹਦਾ ਪ੍ਰਿੰਟ ਆਊਟ ਕੱਢਿਆ ਸੀ, ਉਹ ਕਿਤਾਬ ਦਾ ਨਾਂ ਹੈ ਨਾਓ ਗੈਟਿੰਗ ਅਹੈਡ ਇਨ ਸੋਸ਼ਲ ਸਾਇੰਸ, ਓਰੀਅੰਟ ਬਲੈਕਸਵੈਲ ਇਹ ਪਬਲਿਸ਼ਰ ਹੈ। ਇਹ ਨਾਮ ਜਿਹੜਾ ਇੱਥੇ ਲਿਖਿਆ ਹੋਇਆ ਹੈ, ਇਹ ਹਾਈਲਾਈਟ ਕੀਤਾ ਹੋਇਆ, ਇਹ ਉਹਦਾ ਪਬਲਿਸ਼ਰ ਹੈ ਔਰ ਉਹ ਕਿਤਾਬ ਦੇ ਵਿੱਚ ਹੋਰ ਬੜੀਆਂ ਇਨਫੋਰਮੇਸ਼ਨਸ ਨੇ। ਉਸ ਕਿਤਾਬ ਦੇ ਵਿੱਚ ਇਹ ਤੱਤ ਸੀਗਾ, ਇਹਨਾਂ ਨੇ ਆਪਣਾ ਜਿਹੜਾ ਕੁਸ਼ਚਨ ਪੇਪਰ ਤਿਆਰ ਕੀਤਾ ਉਹ ਇਸ ਬੁੱਕ ਦੇ ਆਧਾਰ 'ਤੇ ਤਿਆਰ ਕੀਤਾ। ਹੁਣ ਜਾਗੋ ਪਾਰਟੀ ਵੱਲੋਂ ਅਸੀਂ ਇਸ ਨੂੰ ਕਾਨੂੰਨੀ ਕਾਰਵਾਈ ਕਰਨ ਲੱਗੇ ਹਾਂ ਇਹਨਾਂ ਦੇ ਉੱਤੇ, ਤਾਂ ਕਿ ਇਹ ਬੁੱਕ ਵਿਦਡਰਾਅ ਕੀਤੀ ਜਾਵੇ, ਪੂਰੇ ਹਿੰਦੁਸਤਾਨ 'ਚ ਡਿਸਟ੍ਰੀਬਿਊਟ ਹੋਈ ਹੋਏਗੀ, ਔਰ ਇਸ ਤੋਂ ਇਲਾਵਾ ਜਿਹੜਾ ਵੀ ਇਹਨਾਂ ਦੇ ਉੱਤੇ ਬਣਦੀ ਧਾਰਾ 'ਚ ਦਾ ਕੇਸ ਹੋਣਾ ਚਾਹੀਦਾ, ਲੀਗਲ ਕਾਰਵਾਈ ਹੋਣੀ ਚਾਹੀਦੀ ਹੈ, ਉਹ ਅਸੀਂ ਕਰਾਂਗੇ। ਇੱਕ ਇਸ਼ੂ ਤਾਂ ਇਹ ਸੀਗਾ। ਦੂਸਰਾ ਇਸ਼ੂ ਸੀ ਕਿ ਪਿਛਲੇ ਦਿਨੀਂ ਗੁਰੂ ਨਾਨਕ ਦੇਵ ਖਾਲਸਾ ਕਾਲਜ ਦੇ ਵਿੱਚ ਕਾਫੀ ਜ਼ਿਆਦਾ ਵਾਇਲੈਂਸ ਹੋਈ ਹੈ ਔਰ ਉਹਦੇ ਵਿੱਚ ਇਹ ਕਾਲਜਿਸ ਉਹ ਨੇ ਕਿ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਦੀਆਂ ਪ੍ਰਾਈਮ ਇੰਸਟੀਟਿਊਸ਼ਨਸ ਨੇ, ਭਾਵੇਂ ਮਾਤਾ ਸੁੰਦਰੀ ਕਾਲਜ ਹੋਵੇ ਫੋਰ ਗਰਲਸ, ਭਾਵੇਂ ਉਹ ਗੁਰੂ ਗੋਬਿੰਦ ਸਿੰਘ ਕਾਲਜ ਫੋਰ ਕਾਮਰਸ ਹੋਵੇ, HGTB ਖਾਲਸਾ ਕਾਲਜ ਹੋਵੇ, ਜਾਂ ਦੇਵਨਗਰ ਦੇ ਵਿੱਚ ਗੁਰੂ ਨਾਨਕ ਦੇਵ ਕਾਲਜ ਹੋਵੇ, ਇਹਨਾਂ ਕਾਲਜਿਸ ਦੇ ਵਿੱਚ ਜਦੋਂ ਤੋਂ ਇਹ ਕਮੇਟੀ ਜਿਹੜੀ ਅੱਜ ਬੈਠੀ ਹੈ ਗੁਰਦੁਆਰਾ ਕਮੇਟੀ 'ਤੇ ਕਾਬਜ਼ ਹੋ ਕੇ, ਇਸ ਇਹਨਾਂ ਕਾਲਜਾਂ ਦੇ ਵਿੱਚ ਕਿਸੇ ਜਗ੍ਹਾ ਰੇਪ ਦਾ ਕੇਸ ਸਾਹਮਣੇ ਆ ਰਿਹਾ, ਕਿਸੇ ਜਗ੍ਹਾ ਤਸ਼ੱਦਦ ਦਾ ਕੇਸ ਸਾਹਮਣੇ ਆ ਰਿਹਾ, ਔਰ ਅੱਜ ਤੋਂ 4-5 ਦਿਨ ਪਹਿਲੇ ਕਾਲਜ ਦੇ ਵਿੱਚ ਉੱਥੋਂ ਦੇ ਜਿਹੜੇ ਸਿੱਖ ਬੱਚੇ ਸੀਗੇ ਉਹਨਾਂ ਦੇ ਉੱਤੇ ਬਾਹਰੋਂ ਗੁੰਡੇ ਬਦਮਾਸ਼ਾਂ ਨੇ ਆ ਕੇ 100 ਤੋਂ ਉੱਤੇ ਬਾਹਰੋਂ ਲਿਆ ਕੇ ਉਹਨਾਂ 'ਤੇ ਹਮਲੇ ਹੋਏ ਔਰ ਗੁਰਦੁਆਰਾ ਕਮੇਟੀ ਜਾਂ ਇਹਨਾਂ ਦਾ ਜਿਹੜਾ ਵੀ ਸੰਗਠਨ ਹੈ ਅਕਾਲੀ ਦਲ ਦਾ, ਉਹ ਆਪਣੇ ਬੱਚਿਆਂ ਨੂੰ ਬਚਾਉਣ ਦੇ ਵਿੱਚ ਨਾਕਾਮਯਾਬ ਹੋਏ ਔਰ ਬੱਚਿਆਂ ਨੂੰ ਕਾਫੀ ਸੱਟਾਂ ਵੀ ਲੱਗੀਆਂ ਨੇ, ਕੇਸਿਸ ਵੀ ਪਏ ਨੇ। ਮੈਂ ਇਹ ਸਮਝਦਾ ਵਾਂ ਕਿ ਆਪਣੀ ਜ਼ਿੰਮੇਵਾਰੀ ਤੋਂ ਪਰੇ ਜਾ ਚੁੱਕੇ ਨੇ,
ਪਾਕਿਸਤਾਨ ਦੇ ਵਿੱਚ ਜ਼ਰਾ ਜਿਹਾ ਕੁਛ ਹੋ ਜਾਵੇ ਅਤੇ ਫਟਾਫਟ ਇਹ ਟਵੀਟ ਕਰਦੇ ਨੇ, ਫਟਾਫਟ ਇਹ ਪ੍ਰੈਸ ਕਾਨਫਰੰਸ ਬੁਲਾਉਂਦੇ ਨੇ। ਤੁਹਾਡੇ ਆਪਣੇ ਇੰਸਟੀਟਿਊਸ਼ਨ 'ਚ ਪੱਗਾਂ ਲਾ ਦਿੱਤੀਆਂ ਗਈਆਂ, ਤੁਸੀਂ ਕੀ ਕਰਦੇ ਪਏ ਹੋ? ਤੁਸੀਂ ਉੱਥੇ ਕਿਉਂ ਨਹੀਂ ਬੋਲਦੇ ਪਏ? ਔਰ ਜਿਸ ਕਿਸਮ ਦੀ ਬਦਮਾਸ਼ੀ ਇਹਨਾਂ ਕਾਲਜਾਂ ਦੇ ਵਿੱਚ ਹੋ ਰਹੀ ਹੈ, ਕਿਤੇ ਸਟੂਡੈਂਟ ਕੁੱਟੇ ਜਾ ਰਹੇ ਨੇ, ਕਿਤੇ ਰੇਪ ਹੋ ਰਹੇ ਨੇ, ਕਿਤੇ ਆਪ ਆਪਣੀ ਇੰਸਟੀਟਿਊਸ਼ਨ 'ਚ ਜਾ ਕੇ ਸਟਾਫ ਨੂੰ ਕੁੱਟਦੇ ਪਏ ਹੋ, ਤੁਹਾਡੇ ਮੈਂਬਰ ਕੁੱਟਦੇ ਪਏ ਨੇ, ਉਹਨਾਂ ਦੇ ਉੱਤੇ SIR ਹੋ ਜਾਈਏ। ਮੈਂ ਸਮਝਦਾ ਵਾਂ ਕਿ ਗੁਰਦੁਆਰਾ ਕਮੇਟੀ ਦੇ ਵਿੱਚ ਔਰ ਉਹਦੇ ਨਾਲ ਅਲਾਈਡ ਇੰਸਟੀਟਿਊਸ਼ਨਸ ਦੇ ਵਿੱਚ ਇੱਕ ਅਨਈਜ਼ੀ ਜਿਹਾ ਮਾਹੌਲ ਹੈ। ਮੈਂ ਫਾਈਨੈਂਸ਼ੀਅਲ ਵਾਲੇ ਪਾਸੇ ਨਹੀਂ ਜਾਂਦਾ ਕਿ ਤਨਖਾਹਾਂ ਹੁਣ ਦਿੱਤੀਆਂ ਜਾ ਰਹੀਆਂ ਮਹੀਨੇ ਤੋਂ ਬਾਅਦ, ਲੇਕਿਨ ਜੋ ਇਹ ਕਰਦੇ ਪਏ ਨੇ ਮੈਂ ਸਮਝਦਾ ਕਿ ਬਹੁਤ ਬੁਰਾ ਹੋ ਰਿਹਾ। ਨਾ ਇਹ ਆਪਣੇ ਬੱਚਿਆਂ ਤੋਂ ਬਚਾ ਪਾ ਰਹੇ ਨੇ, ਨਾ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੇ ਕ੍ਰਿਮੀਨਲ ਕੇਸਿਸ ਹੋ ਰਹੇ ਨੇ ਨਾ ਉਹਨਾਂ ਨੂੰ ਰੋਕ ਪਾ ਰਹੇ ਨੇ, ਸਗੋਂ ਆਪ ਜਾ ਕੇ ਮੈਂਬਰ ਉੱਥੇ ਸਟਾਫ ਨੂੰ ਕੁੱਟਦੇ ਨੇ ਕਈ ਜਗ੍ਹਾ ਦੇ। ਸੋ ਮੈਂ ਸਮਝਦਾ ਵਾਂ ਕਿ ਇਸ ਦਾ ਅਸੀਂ ਸਖ਼ਤ ਨੋਟਿਸ ਲੈ ਰਹੇ ਹਾਂ, ਔਰ ਕਿਸੇ ਕਿਸਮ ਦੀ ਮਦਦ ਅਗਰ ਉਹਨਾਂ ਬੱਚਿਆਂ ਨੂੰ ਲੋੜ ਹੈ ਤਾਂ ਅਸੀਂ ਆਪਣੀ ਟੀਮ ਭੇਜ ਕੇ ਉਹਨਾਂ ਨੂੰ ਕੰਟੈਕਟ ਕਰਾਂਗੇ ਔਰ ਉਹਨਾਂ